ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪਿੰਡ ਦੀ ਗੇੜੀ ਵਿੱਚ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਬੇਗਮਪੁਰ ਦੀ ਗੇੜੀ 'ਤੇ। ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਇਸ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ NRI ਵੀਰਾਂ ਵੱਲੋਂ ਇਸ ਪਿੰਡ ਦੀ ਡਿਵੈਲਪਮੈਂਟ ਵਿੱਚ ਖਾਸ ਸਹਿਯੋਗ ਹੈ। ਸੋ ਆਓ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਬੇਗਮਪੁਰ ਦੀ ਗੇੜੀ 'ਤੇ। ਇਹ ਹੈ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ। ਜਿਵੇਂ ਕਿ ਅਸੀਂ ਬਾਕੀ ਪਿੰਡਾਂ ਦੇ ਸਕੂਲਾਂ ਨਾਲ ਆਪ ਨੂੰ ਜਾਣੂ ਕਰਵਾਇਆ, ਉਸੇ ਤਰ੍ਹਾਂ ਹੀ ਪਿੰਡ ਬੇਗਮਪੁਰ ਦਾ ਸਕੂਲ ਵੀ ਕਾਫੀ ਵਧੀਆ ਅਤੇ ਸੋਹਣਾ ਬਣਿਆ ਹੋਇਆ ਹੈ। ਆਓ ਗੱਲਬਾਤ ਕਰਦੇ ਹਾਂ ਇੱਥੋਂ ਦੇ ਅਧਿਆਪਕਾਂ ਨਾਲ। ਸਤਿਕਾਰਯੋਗ ਪਿੰਡ ਵਾਸੀ ਅਤੇ ਸਰਦਾਰ ਜੋਗਾ ਸਿੰਘ ਜੀ ਦੇ ਸਹਿਯੋਗ ਨਾਲ ਜੋ ਅੱਜ ਪਿੰਡ ਬੇਗਮਪੁਰ ਵਿੱਚ ਅੱਖਾਂ ਦਾ ਇੱਕ ਕੈਂਪ ਚੱਲ ਰਿਹਾ ਹੈ ਜੀ, ਜਿਹਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਪਹੁੰਚ ਕੇ ਜੋ ਵੀ ਅੱਖਾਂ ਨਾਲ ਸੰਬੰਧਿਤ ਪ੍ਰੋਬਲਮ ਆ ਉਹਨਾਂ ਨਾਲ ਸੰਬੰਧਿਤ ਜਿਹੜਾ ਕੀ ਆ ਇਲਾਜ ਜਿਹੜਾ ਚੱਲ ਰਿਹਾ ਹੈ। ਅਤੇ ਸਾਡੀ ਪਿੰਡ ਬੇਗਮਪੁਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰ ਵਿੱਚ ਅਸੀਂ ਖੜ੍ਹੇ ਹਾਂ, ਜਿਹਦੇ ਵਿੱਚ ਕਿ ਮੈਂ ਮਾਸਟਰ ਅਸ਼ੋਕ ਕੁਮਾਰ ਅਤੇ ਇਕੱਲਾ ਹੀ ਟੀਚਰ ਹਾਂ। ਅਤੇ ਸਾਡੇ ਸਕੂਲ ਵਿੱਚ ਲਗਭਗ 40 ਬੱਚੇ ਆ ਅਤੇ ਸਕੂਲ ਜਿਹੜਾ ਸਾਡਾ ਬਹੁਤ ਹੀ ਸੋਹਣਾ ਬਣਿਆ ਹੋਇਆ ਆ। ਅਤੇ ਅਸੀਂ ਇੱਕ ਇਸ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਸਕੂਲ ਬੇਗਮਪੁਰ ਵਿੱਚ ਇੱਕ ਟੀਚਰ ਹੋਰ ਚਾਹੀਦਾ ਆ। ਇਹ ਜੇਕਰ ਗੌਰਮੈਂਟ ਤੱਕ ਇੱਕ ਆਵਾਜ਼ ਪਹੁੰਚੇ ਤਾਂ ਉਹ ਜ਼ਰੂਰ ਇੱਥੇ ਇੱਕ ਟੀਚਰ ਜਿਹੜਾ ਆ ਭੇਜਣ ਦੀ ਕਿਰਪਾਲਤਾ ਕਰਨ ਜੀ। ਤੁਸੀਂ ਮਤਲਬ ਕਿੰਨੇ ਟਾਈਮ ਤੋਂ ਇੱਥੇ ਜੋਬ ਕਰ ਰਹੇ ਹੋ? ਮੈਨੂੰ ਲਗਭਗ ਇੱਥੇ 2.5 ਸਾਲ ਹੋ ਚੱਲੇ ਆ। 2.5 ਸਾਲ ਤੁਸੀਂ ਇਕੱਲੇ ਹੋ? ਪਹਿਲਾਂ ਮੈਡਮ ਸੀਗੇ HD, ਉਹ ਰਿਟਾਇਰ ਹੋ ਗਏ ਸੀਗੇ ਜੀ। ਠੀਕ ਹੈ। 2020 ਦੇ ਵਿੱਚ। ਠੀਕ ਹੈ। ਅਤੇ ਉਸ ਤੋਂ ਬਾਅਦ 'ਚ ਮੈਂ ਇਕੱਲਾ ਹੀ ਚੱਲ ਰਿਹਾ ਜੀ ਇੱਥੇ। ਓਕੇ। ਅਤੇ ਸਕੂਲ ਸਾਡਾ ਬਹੁਤ ਸੋਹਣਾ ਆ, ਬੱਚੇ ਵੀ ਵਧੀਆ, ਪੜ੍ਹਾਈ ਬਹੁਤ ਵਧੀਆ ਆ ਅਤੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਹੈ ਇੱਥੇ। ਪੀਣ ਲਈ RO ਪਾਣੀ ਫਿਲਟਰ ਲੱਗਾ ਹੋਇਆ ਹੈ। ਠੀਕ ਹੈ। ਅਤੇ ਟੋਇਲਟ ਬਾਥਰੂਮ ਹਰੇਕ ਚੀਜ਼ ਇੱਥੇ ਅਵੇਲੇਬਲ ਆ ਬੱਚਿਆਂ ਵਾਸਤੇ, ਪਰ ਇੱਕ ਟੀਚਰ ਦੀ ਘਾਟ ਆ। ਇੱਕ ਅਗਰ ਟੀਚਰ ਆਉਂਦਾ ਆ ਤਾਂ ਬੱਚੇ ਸਾਡੇ ਸਕੂਲ 'ਚ ਹੋਰ ਵਧਣਗੇ। ਠੀਕ ਆ ਜੀ। ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਗਰ ਇੱਥੇ ਗੌਰਮੈਂਟ ਸਰਕਾਰ ਥੋੜ੍ਹੀ ਗੌਰ ਕਰੇ ਅਤੇ ਇੱਥੇ ਬੇਗਮਪੁਰ ਸਕੂਲ ਵਿੱਚ ਵੀ ਇੱਕ ਟੀਚਰ ਜ਼ਰੂਰ ਆਉਣਾ ਚਾਹੀਦਾ ਜੀ। ਠੀਕ ਆ ਜੀ, ਠੀਕ ਆ। ਇਹਦੇ ਨਾਲ ਹੀ ਧੰਨਵਾਦ ਆ, ਤੁਸੀਂ ਵੀ ਜੀ ਜੋ ਸਹਿਯੋਗ ਕਰ ਰਹੇ ਹੋ ਸਾਨੂੰ। ਜ਼ਰੂਰ ਜੀ, ਜ਼ਰੂਰ। ਠੀਕ ਆ, ਧੰਨਵਾਦ। ਥੈਂਕ ਯੂ। ਇਹ ਸਨ ਸ਼੍ਰੀ ਅਸ਼ੋਕ ਕੁਮਾਰ ਜੀ, ਜੋ ਕਿ ਇਸ ਸਕੂਲ ਵਿੱਚ ਇਕਲੌਤੇ ਅਧਿਆਪਕ ਹਨ ਅਤੇ ਸਕੂਲ ਵਿੱਚ ਬੱਚਿਆਂ ਦੀ ਘੱਟ ਰਹੀ ਗਿਣਤੀ ਸਰਕਾਰੀ ਸਕੂਲਾਂ ਦੀ ਛਵੀ ਨੂੰ ਕਿਤੇ ਨਾ ਕਿਤੇ ਜ਼ਰੂਰ ਵਿਗਾੜ ਰਹੀ ਹੈ। ਪਿੰਡ ਦੀ ਪੰਚਾਇਤ ਅਤੇ ਸਰਕਾਰ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੇ ਸਰਕਾਰੀ ਸਕੂਲ ਬੇਸ਼ੱਕ ਸਮਾਰਟ ਹੋ ਰਹੇ ਨੇ, ਪਰ ਅਜੇ ਵੀ ਕੁਝ ਸਕੂਲ ਅਜਿਹੇ ਹਨ ਜਿੱਥੇ ਮਾਪੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਨਾਲੋਂ ਪ੍ਰਾਈਵੇਟ ਸਕੂਲਾਂ ਨੂੰ ਪਹਿਲ ਦਿੰਦੇ ਨੇ।
ਅੱਜ ਪਿੰਡ ਵਿੱਚ NRI ਵੀਰਾਂ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਆਲੇ ਦੁਆਲੇ ਦੇ ਕਈ ਪਿੰਡਾਂ ਤੋਂ ਲੋੜਵੰਦ ਲੋਕ ਪਹੁੰਚੇ ਹੋਏ ਨੇ ਅਤੇ ਉਹਨਾਂ ਦੀ ਸੇਵਾ ਲਈ ਇੱਥੇ ਲੰਗਰ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ। Yeah.